ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾ ਪਈ ਵੀਰ ਸਿੰਘ ਜੀ ਦੀ ਘਟਨਾ ਆਪ ਜੀ ਨੂੰ ਸਰਵਣ ਕਰਾ ਰਹੇ ਹਾਂ ਜਿਸ ਵਿੱਚ ਇਹ ਪਤਾ ਲੱਗਦਾ ਹੈ ਕਿ ਕਿਵੇਂ ਪਿਆਰ ਵਾਲਿਆਂ ਦੇ ਫੁਰਨੇ ਆਪ ਜੀ ਨੂੰ ਪਹਿਲਾਂ ਹੀ ਪਹੁੰਚ ਜਾਇਆ ਕਰਦੇ ਸਨ ਜਿਸ ਵਿੱਚ ਅੰਤਰਯਾਮਤਾ ਦੀ ਝਲਕ ਵੀ ਮਿਲਦੀ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਮਲਕ ਇਕਬਾਲ ਸਿੰਘ ਸੁਪੁੱਤਰ ਮਲਕ ਮੋਹਨ ਸਿੰਘ ਰਾਵਲ ਪਿੰਡੀ ਵਾਲਿਆਂ ਦਾ ਵਿਆਹ ਸੀ ਜੰਝ ਰਾਵਲ ਪਿੰਡੀ ਤੋਂ ਲਾਹੌਰ ਆਈ ਭਾਈ ਸੁਧ ਸਿੰਘ ਵਿਆਹ ਪੜਾਉਣ ਲਈ ਵੀ ਉੱਥੇ ਪੁੱਜੇ ਉਹਨਾਂ ਦਾ ਦਿਲ ਕੀਤਾ ਕਿ ਦੋ ਤਿੰਨ ਘੰਟਿਆਂ ਲਈ ਭਾਈ ਸਾਹਿਬ ਆਸ ਅੰਮ੍ਰਿਤਸਰ ਤੋਂ ਹੋ ਆਈ ਜਦੋਂ ਮਲਕ ਸਾਹਿਬ ਨੂੰ ਪਤਾ ਲੱਗਾ ਤਾਂ ਹੱਥ ਜੋੜ ਕੇ ਉਹਨਾਂ ਨੇ ਭਾਈ ਸੁਧ ਸਿੰਘ ਨੂੰ ਕਿਹਾ ਕਿ ਭਾਈ ਸਾਹਿਬ ਨੂੰ ਬੇਨਤੀ ਕਰਨਾ ਕੇ ਆਪਣੇ ਬਾਗ ਦੇ ਕੁਝ ਫੁੱਲ ਦੇਣ ਕਿਉਂ ਜੋ ਵਿਆਹ ਦੇ ਸਮੇਂ ਜੋੜੀ ਨੂੰ ਸਿਹਰੇ ਪਾਉਣੇ ਹਨ ਜਦੋਂ ਭਾਈ ਸੁਦ ਸਿੰਘ ਅੰਮ੍ਰਿਤਸਰ ਭਾਈ ਸਾਹਿਬ پاس ਪੁੱਜੇ ਤਾਂ ਉਹ ਅੱਗੇ ਫੁੱਲ ਤੋੜ ਰਹੇ ਸਨ ਭਾਈ ਸਾਹਿਬ ਨੇ ਭਾਈ ਸੁਦ ਸਿੰਘ ਨੂੰ ਕਿਹਾ ਤੁਸੀਂ ਵਿਆਹ ਤੇ ਲਾਹੌਰ ਆਇਓ ਅੱਗੋਂ ਉਹਨਾਂ ਕਿਹਾ ਹਾਂਜੀ ਲਾਹੌਰ ਆਏ ਹਾਂ ਅੱਗੋਂ ਭਾਈ ਸਾਹਿਬ ਨੇ ਕਿਹਾ ਕਿ ਇਹ ਫੁੱਲ ਨਾਲ ਲੈ ਜਾਣੇ ਅਤੇ ਰਾਜ ਦੀ ਝੋਲੀ ਵਿੱਚ ਪਾ ਦੇਣੇ ਉਹ ਆਪ ਸੇਰੇ ਪਰੋ ਕੇ ਜੋੜੀ ਨੂੰ ਪਾ ਦੇਸਣ ਭਾਈ ਸੂਤ ਸਿੰਘ ਜੀ ਹੈਰਾਨ ਹੋਏ ਅਤੇ ਮੋਹਨ ਸਿੰਘ ਦੀ ਬੇਨਤੀ ਦਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ